ਇਹ ਹੈ 17 ਦਾ ਲੋਕਲ ਬੱਸ ਸਟੈਂਡ ਅਤੇ ਘੁਮਾਉਂਦੇ ਹਾਂ ਤੁਹਾਨੂੰ 17 ਦਾ ਬੱਸ ਸਟੈਂਡ ਅਤੇ ਨਾਲੇ ਸਾਡਾ ਗਾਈਡ ਜਿਹਨੇ ਸਾਨੂੰ ਸਾਰਾ ਚੰਡੀਗੜ੍ਹ ਘੁਮਾਇਆ ਅਤੇ ਉਹਦੇ ਨਾਲ ਵੀ ਕਰਾਉਂਦੇ ਹਾਂ ਮੁਲਾਕਾਤ। ਜਿਵੇਂ 43 ਤੋਂ ਤੁਸੀਂ ਕਿਸੇ ਵੀ ਪਾਸੇ ਜਾਣਾ ਹੋਵੇ ਸ਼ਹਿਰ ਤੋਂ ਬਾਹਰ ਜਲੰਧਰ ਅੰਮ੍ਰਿਤਸਰ ਪਠਾਨਕੋਟ ਤੁਹਾਨੂੰ ਬੱਸ ਮਿਲ ਜਾਂਦੀ ਹੈ ਅਤੇ ਉਵੇਂ ਹੀ 17 ਤੋਂ ਤੁਸੀਂ ਲੋਕਲ ਕਿਤੇ ਵੀ ਜਾਣਾ ਹੋਵੇ ਤਾਂ ਤੁਹਾਨੂੰ ਬੱਸ ਮਿਲ ਜਾਂਦੀ ਹੈ। ਘੁਮਾਉਂਦੇ ਹਾਂ ਤੁਹਾਨੂੰ ਬੱਸ ਸਟੈਂਡ ਨਾਲੇ ਕਰਦੇ ਹਾਂ ਗੱਲਬਾਤ। ਇਹ ਆਪਣੇ ਚੰਡੀਗੜ੍ਹ ਸਾਨੂੰ ਘੁਮਾਉਣ ਲਈ ਪ੍ਰਦੀਪ ਸਿੰਘ ਗਾਈਡ, ਅਤੇ ਜਿਹੜੇ ਮਾਨਸਾ ਤੋਂ ਸੁਸਾਇਟੀ ਦੇ ਵਿੱਚ ਵੀ ਲੱਗੇ ਹੋਏ ਹਨ ਸੇਲਜਮੈਨ, ਅਤੇ ਇਹ ਚੰਡੀਗੜ੍ਹ ਦੀ ਪੂਰੀ ਜਿਹੜਾ ਰਗ ਰਗ ਦਾ ਇਹਨਾਂ ਨੂੰ ਪਤਾ, ਅਤੇ ਇਹਨਾਂ ਨੂੰ ਆਪਾਂ ਗਾਈਡ ਹੀ ਕਹਿ ਸਕਦੇ ਹਾਂ। ਉੱਦਾਂ ਆਪਾਂ ਪਤਾ ਨਹੀਂ ਕੀ ਕਹਿੰਦੇ, ਅਸੀਂ ਗਾਈਡ ਹੀ ਕਹੀਦਾ, ਉੱਦਾਂ ਪਤਾ ਨਹੀਂ ਕੀ ਕਹਿੰਦੇ। ਆ ਦੇਖੋ ਥੱਲੇ ਉਹਦੀ ਲੈ ਕੇ ਆ ਗਏ ਸਾਨੂੰ। ਹੁਣ ਤੁਹਾਨੂੰ ਬੱਸ ਅੱਡਾ ਦਿਖਾਵਾਂਗੇ ਸੈਕਟਰ 17 ਦਾ, ਅਤੇ ਇੱਧਰ 22 ਦੀ ਮੋਬਾਈਲ ਮਾਰਕੀਟ ਸੀਗੀ, ਅਤੇ ਮੋਬਾਈਲ ਮਾਰਕੀਟ ਦੇ ਨਾਲ ਹੀ ਆਪਾਂ ਪਰਲੇ ਪਾਸੇ 17 ਦਾ ਬੱਸ ਅੱਡਾ ਆ, ਅਤੇ ਤੁਹਾਨੂੰ ਬੱਸ ਅੱਡਾ ਦਿਖਾਵਾਂਗੇ, ਅਤੇ ਫਿਰ 17 ਦਾ ਜਿਹੜੀਆਂ ਲਾਈਟਾਂ ਅਤੇ ਰੌਣਕਾਂ ਜਿਹੜੀਆਂ 17 ਦੀਆਂ ਉਹ ਦਿਖਾਵਾਂਗੇ। ਇਹ ਹੁਣ ਆਪਾਂ ਬੱਸ ਅੱਡੇ ਦੇ ਅੰਦਰ ਐਂਟਰ ਹੋ ਚੁੱਕੇ ਹਾਂ। ਇਹ ਲੋਕਲ ਬੱਸ ਅੱਡਾ। ਸੋ ਜਿਵੇਂ ਤੁਹਾਨੂੰ ਦੱਸਿਆ ਕਿ ਆਪਾਂ 17 ਜਿਹੜਾ ਬੱਸ ਸਟੈਂਡ ਆ ਉਹਦੇ ਥੱਲੇ ਉਹਦੀ 22 ਦੀ ਮਾਰਕੀਟ 'ਚ ਜਾ ਸਕਦੇ ਹੋ, ਅਤੇ ਉੱਥੋਂ 22 ਦੀ ਮਾਰਕੀਟ ਤੋਂ ਥੱਲੇ 17 ਦੇ ਬੱਸ ਸਟੈਂਡ 'ਚ ਜਾ ਸਕਦੇ ਹੋ, ਅਤੇ ਥੱਲੇ ਉਹਦੀ ਰਸਤਾ ਜਿਹੜਾ ਭੂਮੀਗਤ ਰਸਤਾ ਬਣਿਆ ਹੋਇਆ ਹੈ, ਅਤੇ ਨਾਲ ਹੀ ਇੱਥੇ ਲਾਗੇ ਹੀ 17 ਦੀ ਜਿਹੜੀ ਮਾਰਕੀਟ ਲੱਗਦੀ ਹੈ ਜਿੱਥੇ ਲਾਈਟਾਂ ਵਗੈਰਾ ਲੇਜ਼ਰ ਸ਼ੋਅ ਹੁੰਦਾ ਆ ਉਹ ਵੀ ਵਿਖਾਵਾਂਗੇ, ਅਤੇ ਉਸ ਮਾਰਕੀਟ ਦਾ ਜੋ ਦੁਕਾਨਦਾਰਾਂ ਦਾ ਦੁਕਾਨਤ ਆ ਉਹ ਵੀ ਵਿਖਾਉਣ ਦੀ ਕੋਸ਼ਿਸ਼ ਕਰਾਂਗੇ ਜਿੱਥੇ ਜਿੱਥੇ ਅਸੀਂ ਤੁਹਾਨੂੰ ਨਾਲ ਘੁਮਾਈ ਦਾ ਆ, ਅਤੇ ਨਾਲ ਨਾਲ ਉੱਥੋਂ ਦੀਆਂ ਜਿਹੜੀਆਂ ਆਮ ਜਨਤਾ ਨੂੰ ਪਰੇਸ਼ਾਨੀਆਂ ਆ ਉਹ ਵੀ ਵਿਖਾਈ ਦੀਆਂ ਆ। ਸੋ ਇਹ ਜਿਹੜਾ ਬੱਸ ਸਟੈਂਡ ਆ ਲੋਕਲ ਬੱਸ ਸਟੈਂਡ ਆ, ਤੁਸੀਂ ਕਿਸੇ ਵੀ ਸੈਕਟਰ ਦੀ ਬੱਸ ਇਸ ਬੱਸ ਸਟੈਂਡ ਤੋਂ ਲੈ ਸਕਦੇ ਹੋ, ਅਤੇ ਨਾਲ ਤੁਹਾਨੂੰ ਇੱਥੇ ਇਲੈਕਟ੍ਰਿਕ ਬੱਸ ਵੀ ਵਿਖਾਵਾਂਗੇ ਜੋ ਬਿਜਲੀ 'ਤੇ ਚੱਲਦੀ ਹੈ। ਸੋ ਸ਼ਾਮ ਦਾ ਟਾਈਮ ਹੈ, ਰਾਤ ਹੋਣ ਵਾਲੀ ਹੈ, ਅਤੇ ਬੱਸ ਸਟੈਂਡ ਜਿਹੜਾ ਲਗਭਗ ਖਾਲੀ ਹੋ ਚੁੱਕਾ ਆ, ਅਤੇ ਜਿਹੜੇ ਦ੍ਰਿਸ਼ ਆ ਬਹੁਤ ਹੀ ਖੂਬਸੂਰਤ ਲੱਗ ਰਹੇ ਹਨ, ਅਤੇ ਨਾਲ ਹੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਆਪਾਂ ਲੇਜ਼ਰ ਸ਼ੋਅ ਅਤੇ 17 ਦੀ ਮਾਰਕੀਟ ਘੁਮਾਵਾਂਗੇ। ਸੋ ਇਹ ਬੱਸ ਸਟੈਂਡ ਦੇ ਦ੍ਰਿਸ਼ ਕਾਫੀ ਖੂਬਸੂਰਤ ਜਿਹੜੇ ਇਹ ਦ੍ਰਿਸ਼ ਆ, ਅਤੇ ਸ਼ਾਮ ਦਾ ਟਾਈਮ ਆ ਅਤੇ ਬੜਾ ਸ਼ਾਂਤਮਈ, ਨਹੀਂ ਤਾਂ ਬੱਸਾਂ ਦਾ ਰੌਲਾ ਆਮ ਜਿਹੜੀ ਪਬਲਿਕ ਆ ਉਹਨਾਂ ਦਾ ਰੌਲਾ ਹੁੰਦਾ ਆ, ਅਤੇ ਇਸ ਵੇਲੇ ਸ਼ਾਮ ਨੂੰ ਉੱਥੇ ਪੂਰੀ ਜਿਹੜੀ ਸ਼ਾਂਤੀ ਆ, ਅਤੇ ਯਾਤਰੀ ਵੱਖ ਵੱਖ ਥਾਵਾਂ 'ਤੇ ਪਹੁੰਚ ਚੁੱਕੇ ਆ, ਅਤੇ ਤੁਸੀਂ ਜੋ ਇਲੈਕਟ੍ਰੋਨਿਕ ਬੱਸਾਂ ਵੇਖ ਸਕਦੇ ਹੋ ਇਹ ਚੰਡੀਗੜ੍ਹ ਦੇ ਵਿੱਚ ਆਮ ਹੀ ਵੇਖਣ ਨੂੰ ਮਿਲ ਜਾਂਦੀਆਂ ਹਨ। ਸੋ ਜਿਵੇਂ ਤੇਲ ਦਾ ਰੇਟ ਵੱਧ ਗਿਆ ਹੈ ਅਤੇ ਸਭ ਕੁਝ ਇਲੈਕਟ੍ਰੋਨਿਕ ਹੀ ਹੁੰਦਾ ਜਾ ਰਿਹਾ ਹੈ। ਸੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ, ਧੰਨਵਾਦ। ਜੇ ਤੁਸੀਂ ਸਾਡਾ ਯੂਟਿਊਬ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਤਾਂ ਜੋ ਸਾਡੀਆਂ ਲੇਟੈਸਟ ਵੀਡੀਓ, ਸ਼ਾਇਰੀ, ਇੰਟਰਵਿਊ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ, ਅਤੇ ਨਾਲ ਬੈਲ ਆਈਕੋਨ ਨੂੰ ਜ਼ਰੂਰ ਕਲਿੱਕ ਕਰੋ। ਧੰਨਵਾਦ।